ਮਹਿਲਾਵਾਂ ਨੇ, ਜੇਕਰ ਜ਼ਿੰਦਗੀ ਦਾ ਆਨੰਦ ਲੈਣਾ ਨਾ ਤਾਂ ਸਰੀਰ ਨੂੰ ਮੁੜਕਾਉਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਇੱਕ ਘੰਟਾ ਰੋਜ਼ ਘੱਟੋ ਘੱਟ ਇੱਕ ਘੰਟਾ ਆਪਦੇ ਸਰੀਰ ਨੂੰ ਦਿਓਗੇ, ਜਿੰਮ ਕਰੋਗੇ, ਤਾਂ ਮੈਂ ਕਹਿੰਦਾ ਵੀ ਤੁਹਾਡਾ ਡਾਕਟਰ ਦਾ ਜਿਹੜਾ ਖਰਚਾ ਹੁੰਦਾ ਉਹ ਮਤਲਬ 10 ਪੈਸੇ ਰਹਿ ਜਾਂਦੇ। ਸੋ ਇਹ ਬਹੁਤ ਜ਼ਰੂਰੀ ਆ। ਜੇ ਸਿਹਤ ਠੀਕ ਹੈ ਤਾਂ ਫਿਰ ਸਾਰਾ ਕੁਝ ਠੀਕ ਹੈ। ਪਹਿਲਾਂ ਲੋਕ ਸਾਡੇ ਨਾਲ ਕੰਮ ਕਰਦੇ ਹੁੰਦੇ ਸੀ ਬਹੁਤ ਜ਼ਿਆਦਾ, ਤੜਕੇ 4 ਵਜੇ ਬਲਦ ਲੈ ਕੇ ਨਿਕਲਣਾ ਦੇ ਖੇਤਾਂ ਨੂੰ, ਅਤੇ ਸਾਰਾ ਸਾਰਾ ਦਿਹਾੜੀ ਉਹਨਾਂ ਦਾ ਮਤਲਬ ਮੁੜਕਾ ਆਉਂਦਾ ਰਹਿੰਦਾ ਸੀ, ਸਰਦੀਆਂ 'ਚ ਵੀ ਮੁੜਕਾ ਆਉਂਦਾ ਸੀ। ਹੁਣ ਹਾਲਾਤ ਇਹ ਆ, ਯੂਨੀਵਰਸਿਟੀ ਦੀ ਸਟੱਡੀ ਹੈ ਮੇਰੀ, ਨਹੀਂ PAU ਦੀ ਸਟੱਡੀ ਆ, ਸਾਲ 'ਚੋਂ ਸਿਰਫ 40 ਦਿਨ ਕੰਮ ਕਰਨੇ, ਮੁੜ ਕੇ ਤਾਂ ਫਿਰ ਖਾਈ ਜਾਂਦੇ ਹਾਂ, ਬਿਮਾਰੀਆਂ ਲੱਗਣੀਆਂ। ਸਰਦਾਰ ਸਾਹਿਬ ਤੁਹਾਨੂੰ ਵੀ ਕਈ ਦਿਨ ਹੋ ਗਏ ਅਸੀਂ ਦੇਖਦੇ ਆ ਰਹੇ ਹਾਂ ਵੀ ਜਿੰਮ ਵਗੈਰਾ 'ਚ ਤੁਸੀਂ ਐਕਸਰਸਾਈਜ਼ ਕਰਦੇ ਹੋ ਜਾ ਕੇ ਆਪਦੀ ਹੈਲਥ ਲਈ, ਤੁਹਾਨੂੰ ਕੀ ਲੱਗਦਾ ਕੀ ਮਹਿਸੂਸ ਹੋਇਆ ਵੀ ਤੁਹਾਡੇ ਸਰੀਰ 'ਚ ਕਾਫੀ ਫਰਕ ਆ, ਅੱਗੇ ਨਾਲ ਅਸੀਂ ਵੀ ਮਹਿਸੂਸ ਕਰਦੇ ਹਾਂ ਵੀ? ਮੇਰੇ ਬਿਲਕੁਲ ਠੀਕ ਹੈ, ਮੇਰੇ ਤਾਂ ਮੂਵਮੈਂਟ ਸਾਰੀਆਂ ਰਿਸਟ੍ਰਿਕਟ ਹੋ ਗਈਆਂ ਸੀ, ਨਾ ਗਰਦਨ ਦੀ, ਮੋਢੇ ਦੀ ਮੂਵਮੈਂਟ ਰਿਸਟ੍ਰਿਕਟ ਸੀ, ਅਤੇ ਸਾਰੀਆਂ ਠੀਕ ਹੋ ਗਈਆਂ, ਗੋਡੇ ਠੀਕ ਹੋ ਗਏ। ਸਭ ਤੋਂ ਵੱਡੀ ਗੱਲ ਮੈਨੂੰ ਤਾਂ ਡਾਕਟਰ ਰਾਜਪਾਲਾ ਨੇ ਕਹਿਤਾ ਸੀ, ਕਹਿੰਦੇ ਗੋਡੇ ਰਿਪਲੇਸ ਕਰਨੇ ਪੈਣੇ, ਔਰ ਜਿੰਮ ਨਾਲ ਸਾਡੇ ਟ੍ਰੇਨਰ ਹੈਗੇ ਆ ਗਗਨੋਰੀ, ਡਾਕਟਰ ਖਿੰਦੋਰੀ, ਅਤੇ ਕੋਟ ਪੂਰੇ ਵੀ ਜਿੰਮ ਕਰੀਦੀ ਰੈਗੂਲਰ, ਅਤੇ ਜਿੰਮ ਨਾਲ ਠੀਕ ਹੋ ਗਏ, ਮਤਲਬ ਰਿਪਲੇਸਮੈਂਟ ਟਲ ਗਈ ਹੈ। ਸੋ ਮੈਂ ਪੰਜਾਬੀ ਅਨੁਸਾਰ ਬੇਨਤੀ ਕਰਦਾ, ਇੱਕ ਘੰਟਾ ਦੇ ਦਿਓ, ਮੇਰੇ ਆਖੇ ਨਾਲ ਅਸੀਂ ਆਪਦੇ ਬੱਚਿਆਂ ਖਾਤਰ ਦੇ ਦਿਓ, ਗੋਡੇ ਗੋਡੇ ਆਪਦੇ ਸਰੀਰ ਨੂੰ, ਸਭ ਕੁਝ ਠੀਕ ਹੋ ਜੂਗਾ, ਸਭ ਕੁਝ। ਆਪਰੇਸ਼ਨ ਕਰਾਉਣ ਦੀ ਲੋੜ ਨਹੀਂ? ਨਾ ਨਾ, ਵਧੀਆ ਵਧੀਆ, ਬਿਲਕੁਲ ਠੀਕ ਹੋ ਜੂ। ਆਪਰੇਸ਼ਨ ਕਰਾ ਕੇ ਵੀ ਐਕਸਰਸਾਈਜ਼ ਕਰਨੀ ਪੈਂਦੀ ਹੈ ਜੀ, ਫਿਰ ਬੰਦਾ ਤੁਰਦਾ, ਅਤੇ ਉਹਦੇ ਨਾਲ ਬੱਚਾ ਉਹਦੇ ਨਾਲ ਪਹਿਲੇ ਕਰ ਦੋ। ਮੈਂ ਵੀ, ਮੈਨੂੰ ਵੀ ਇਸੇ ਤੋਂ ਹੀ ਪ੍ਰੇਰਨਾ ਮਿਲੀ ਨਾ, ਮੈਨੂੰ ਕਹਿੰਦੇ ਜੀ 3 ਮਹੀਨੇ ਫਿਜ਼ੀਓਥੈਰੇਪੀ ਕਰਨੀ ਪੈਣੀ ਹੈ ਆਪਰੇਸ਼ਨ ਤੋਂ ਬਾਅਦ, ਅਤੇ ਮੈਂ ਕਿਹਾ ਜੀ ਉਹ ਪਹਿਲਾਂ ਹੀ ਕਰਨਾ, ਉਹ ਪਹਿਲਾਂ ਕੀਤਾ ਤਾਂ ਕੰਮ ਠੀਕ ਆ ਗਿਆ, ਠੀਕ ਹੈ ਨਾ? ਠੀਕ ਹੈ, ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮੱਚ। ਮਹਿਲਾਵਾਂ ਨੇ ਜੇਕਰ ਜ਼ਿੰਦਗੀ ਦਾ ਆਨੰਦ ਲੈਣਾ ਨਾ ਤਾਂ ਸਰੀਰ ਨੂੰ ਮੁੜਕਾਉਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਇੱਕ ਘੰਟਾ ਰੋਜ਼ ਘੱਟੋ ਘੱਟ ਇੱਕ ਘੰਟਾ ਆਪਦੇ ਸਰੀਰ ਨੂੰ ਦਿਓਗੇ, ਜਿੰਮ ਕਰੋਗੇ, ਤਾਂ ਮੈਂ ਕਹਿੰਦਾ ਵੀ ਤੁਹਾਡਾ ਡਾਕਟਰ ਦਾ ਜਿਹੜਾ ਖਰਚਾ ਹੁੰਦਾ ਉਹ ਮਤਲਬ 10 ਪੈਸੇ ਰਹਿ ਜਾਂਦੇ। ਸੋ ਇਹ ਬਹੁਤ ਜ਼ਰੂਰੀ ਆ। ਜੇ ਸਿਹਤ ਠੀਕ ਹੈ ਤਾਂ ਫਿਰ ਸਾਰਾ ਕੁਝ ਠੀਕ ਹੈ। ਪਹਿਲਾਂ ਲੋਕ ਸਾਡੇ ਨਾਲ ਕੰਮ ਕਰਦੇ ਹੁੰਦੇ ਸੀ ਬਹੁਤ ਜ਼ਿਆਦਾ, ਤੜਕੇ 4 ਵਜੇ ਬਲਦ ਲੈ ਕੇ ਨਿਕਲਣਾ ਦੇ ਖੇਤਾਂ ਨੂੰ, ਅਤੇ ਸਾਰਾ ਸਾਰਾ ਦਿਹਾੜੀ ਉਹਨਾਂ ਦਾ ਮਤਲਬ ਮੁੜਕਾ ਆਉਂਦਾ ਰਹਿੰਦਾ ਸੀ, ਸਰਦੀਆਂ 'ਚ ਵੀ ਮੁੜਕਾ ਆਉਂਦਾ ਸੀ। ਹੁਣ ਹਾਲਾਤ ਇਹ ਆ, ਯੂਨੀਵਰਸਿਟੀ ਦੀ ਸਟੱਡੀ ਹੈ ਮੇਰੀ, ਨਹੀਂ PAU ਦੀ ਸਟੱਡੀ ਆ, ਸਾਲ 'ਚੋਂ ਸਿਰਫ 40 ਦਿਨ ਕੰਮ ਕਰਨੇ, ਮੁੜ ਕੇ ਤਾਂ ਫਿਰ ਖਾਈ ਜਾਂਦੇ ਹਾਂ, ਬਿਮਾਰੀਆਂ ਲੱਗਣੀਆਂ। ਸਰਦਾਰ ਸਾਹਿਬ ਤੁਹਾਨੂੰ ਵੀ ਕਈ ਦਿਨ ਹੋ ਗਏ ਅਸੀਂ ਦੇਖਦੇ ਆ ਰਹੇ ਹਾਂ ਵੀ ਜਿੰਮ ਵਗੈਰਾ 'ਚ ਤੁਸੀਂ ਐਕਸਰਸਾਈਜ਼ ਕਰਦੇ ਹੋ ਜਾ ਕੇ ਆਪਦੀ ਹੈਲਥ ਲਈ, ਤੁਹਾਨੂੰ ਕੀ ਲੱਗਦਾ ਕੀ ਮਹਿਸੂਸ ਹੋਇਆ ਵੀ ਤੁਹਾਡੇ ਸਰੀਰ 'ਚ ਕਾਫੀ ਫਰਕ ਆ, ਅੱਗੇ ਨਾਲ ਅਸੀਂ ਵੀ ਮਹਿਸੂਸ ਕਰਦੇ ਹਾਂ ਵੀ? ਮੇਰੇ ਬਿਲਕੁਲ ਠੀਕ ਹੈ, ਮੇਰੇ ਤਾਂ ਮੂਵਮੈਂਟ ਸਾਰੀਆਂ ਰਿਸਟ੍ਰਿਕਟ ਹੋ ਗਈਆਂ ਸੀ, ਨਾ ਗਰਦਨ ਦੀ, ਨਾ ਮੋਢੇ ਦੀ ਮੂਵਮੈਂਟ ਰਿਸਟ੍ਰਿਕਟ ਸੀ, ਅਤੇ ਸਾਰੀਆਂ ਠੀਕ ਹੋ ਗਈਆਂ, ਗੋਡੇ ਠੀਕ ਹੋ ਗਏ। ਸਭ ਤੋਂ ਵੱਡੀ ਗੱਲ ਮੈਨੂੰ ਤਾਂ ਡਾਕਟਰ ਰਾਜਪਾਲਾ ਨੇ ਕਹਿਤਾ ਸੀ, ਕਹਿੰਦੇ ਗੋਡੇ ਰਿਪਲੇਸ ਕਰਨੇ ਪੈਣੇ, ਔਰ ਜਿੰਮ ਨਾਲ ਸਾਡੇ ਟ੍ਰੇਨਰ ਹੈਗੇ ਆ ਗਗਨੋਰੀ, ਡਾਕਟਰ ਖਿੰਦੋਰੀ, ਅਤੇ ਕੋਟ ਪੂਰੇ ਵੀ ਜਿੰਮ ਕਰੀਦੀ ਰੈਗੂਲਰ, ਅਤੇ ਜਿੰਮ ਨਾਲ ਠੀਕ ਹੋ ਗਏ, ਮਤਲਬ ਰਿਪਲੇਸਮੈਂਟ ਟਲ ਗਈ ਹੈ। ਸੋ ਮੈਂ ਪੰਜਾਬੀ ਅਨੁਸਾਰ ਬੇਨਤੀ ਕਰਦਾ, ਇੱਕ ਘੰਟਾ ਦੇ ਦਿਓ, ਮੇਰੇ ਆਖੇ ਨਾਲ ਅਸੀਂ ਆਪਦੇ ਬੱਚਿਆਂ ਖਾਤਰ ਦੇ ਦਿਓ, ਗੋਡੇ ਗੋਡੇ ਆਪਦੇ ਸਰੀਰ ਨੂੰ, ਸਭ ਕੁਝ ਠੀਕ ਹੋ ਜੂਗਾ, ਸਭ ਕੁਝ। ਆਪਰੇਸ਼ਨ ਕਰਾਉਣ ਦੀ ਲੋੜ ਨਹੀਂ? ਨਾ ਨਾ, ਵਧੀਆ ਬਿਲਕੁਲ ਠੀਕ ਹੋ ਜੂ। ਆਪਰੇਸ਼ਨ ਕਰਾ ਕੇ ਵੀ ਐਕਸਰਸਾਈਜ਼ ਕਰਨੀ ਪੈਂਦੀ ਹੈ ਜੀ, ਫਿਰ ਬੰਦਾ ਤੁਰਦਾ, ਅਤੇ ਉਹਦੇ ਨਾਲ ਬੱਚਾ ਉਹਦੇ ਨਾਲ ਪਹਿਲੇ ਕਰ ਦੋ। ਮੈਨੂੰ ਵੀ ਇਸੇ ਤੋਂ ਹੀ ਪ੍ਰੇਰਨਾ ਮਿਲੀ ਨਾ, ਮੈਨੂੰ ਕਹਿੰਦੇ ਜੀ 3 ਮਹੀਨੇ ਫਿਜ਼ੀਓਥੈਰੇਪੀ ਕਰਨੀ ਪੈਣੀ ਹੈ ਆਪਰੇਸ਼ਨ ਤੋਂ ਬਾਅਦ, ਅਤੇ ਮੈਂ ਕਿਹਾ ਜੀ ਉਹ ਪਹਿਲਾਂ ਹੀ ਕਰਨਾ, ਉਹ ਪਹਿਲਾਂ ਕੀਤਾ ਤਾਂ ਕੰਮ ਠੀਕ ਆ ਗਿਆ, ਠੀਕ ਹੈ ਨਾ? ਠੀਕ ਹੈ, ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮੱਚ।